हाँ जी किद्दां सारे ते सारिआं नूं सत श्री अकाल। ते वीडियो आ जी कनेडा च काफी मौतां हो रही अपने पंजाबी मुंडे कुड़ियां दा। उहदा कारण की आ, तुसीं भी अक्सर सुनदे होणे आ वीक च 2-3 मुंडे कुड़ियां स्पैशली मुंडे मरे ही जांदे कनेडा च ते इह कहा जांदा भी दिल दा दौरा पै गया। सारे पासे वीडियो शेयर करो, अपने लोग अवेयर होण भी हो की रहा आ। हां जी सो मैं नहीं कहता भी जेहड़ियां सारियां मौतां हुंदियां जो मैं कहण लगा उहदे करके हुंदियां आ, पर ज्यादातर क्योंकि इत्थे मेरे पुलिस वाले भी यार दोस्त है कनेडा च सरी च सो होर भी गांह दी गांह सो उन्हां नूं मैं पुछदा रहना आ। सो भाई जी सो आपां इत्थे सुणदे आ भाई मुंडा आया कनेडा दूजे दिन जां पहले वीक जां 5वें 7वें दिन मौत हो गई ते कारण की हुंदा? कारण दिल दा दौरा। ये दिल दा दौरा पैंदा किद्दां आ, ठीक है ना। सो भाई जी फिर ओही गल मैं शुरू च दसदा भी जेहड़ियां मैं गल कहण लगा जे 100 मरिया 100 दे 100 इसे करके नहीं गए, पर ज्यादातर 80 ਤੋਂ 90% ਮੁੰਡੇ ਇਹ ਕਿਹਾ ਜਾ ਰਿਹਾ ਇੱਥੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹਦੇ ਆਧਾਰ ਤੇ ਮੈਂ ਕਹਿ ਰਿਹਾ, ਕੋਲੋਂ ਨਹੀਂ ਕਹਿ ਰਿਹਾ। ਸਾਰੇ ਤੱਥ ਵੀ ਤੁਹਾਨੂੰ ਤਸਵੀਰਾਂ ਸਮੇਤ ਦਿਖਾ ਦੂੰ ਉਹ ਵੀ। ਸੋ ਭਈ ਜਿਹੜੀਆਂ ਇੱਥੇ ਜ਼ਿਆਦਾਤਰ ਮੌਤਾਂ ਹੁੰਦੀਆਂ ਜਿਹੜੇ ਮੁੰਡੇ ਇੰਡੀਆ ਤੋਂ ਆਉਂਦੇ ਆ 18-20 ਸਾਲ ਦੇ, ਕਦੀ ਸੁਣਿਆ ਸੀ 20 ਸਾਲ ਦੇ ਨੂੰ ਦਿਲ ਦਾ ਦੌਰਾ ਪੈ ਗਿਆ 21 ਸਾਲ ਦੇ ਨੂੰ? ਇਹ ਕਿਉਂ ਹੁੰਦਾ? ਇਹ ਹੁੰਦਾ ਆ ਜੀ ਫੈਂਟਾਨਲ। ਫੈਂਟਾਨਲ ਇੱਥੇ ਇੱਕ ਨਸ਼ਾ ਆ। ਇੱਥੇ ਦੇ ਜਿਹੜੇ ਮੂਲ ਨਿਵਾਸੀ ਆ ਜਿਨ੍ਹਾਂ ਦਾ ਕੈਨੇਡਾ ਦੇਸ਼ ਆ उन्हां नूं इत्थे दीआं सरकारां ने नशिआं ते लाया आ। ओह ना कम करदे आ ना कुछ नहीं करदे। सो जिहड़े मूल निवासी आस्ट्रेलिया दे कनेडा दे न्यूजीलैंड दे अमरीका दे जिन्हां दा देश आ इह वाला कनेडा, हां जी सो उन्हां नूं सरकारां ने नशिआं ते लाया होया आ। ओह खाई जांदे आ, खा लिया नशा कर लिया सौ गए, नशा कर लिया सौ गए, ना कोई कम करदे आ। सरकारां गोरे उन्हां नूं पैसे देई जांदे आ। सो गोरियां ने कनेडा आस्ट्रेलिया अमरीका ते इदां ही राज कीता यूरोप तो आके। सो जिहड़े मूल निवासियां नूं नशिआं ते ला के ना काम जोगे छड्डे ना वास्ता, ठीक आ। वह भी फैंटानल ही मरी जाते। फैंटानल एक बाई जी जे उदाहरण देनी होवे लूण के दाने तो भी थोड़ी जी खा लो तो मौत हो जाती इंसान की, इन्नी वो खतरनाक चीज आ। हुण इत्थे मैं भी वीडियो पाउणा हुंदा फीम। इत्थे जिहड़े कंटेनर आउंदे कनेडा च ओह जस्ट 1% चैक हुंदे आ। तुसीं इह आइडिया ला लो 1% चैक हुंदे, तां वी आपां एवरी वीक सुणदे आ कनेडा च 500 ਕੁਆਂਟਲ ਫੀਮ ਫੜੀ ਗਈ, 200 ਕੁਆਂਟਲ ਫੜੀ ਗਈ। 1% ਚੈੱਕ ਹੁੰਦੇ ਜਿਹੜੇ ਬਾਕੀ ਦੇ ਇਦਾਂ ਹੀ ਲੰਘੇ ਆਉਂਦੇ ਆ। ਸੋ ਕੈਨੇਡਾ 'ਚ ਫੀਮ ਕਾਫੀ ਵਿਕਦੀ ਆ। ਸੋ ਇੱਥੋਂ ਮੁੰਡੇ ਆਉਂਦੇ ਇੰਡੀਆ ਤੋਂ ਆਪਣੇ। ਇਹਦਾ ਮੁੱਖ ਕਾਰਨ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਦੇ ਆ ਭਈ ਲਾਈਕ ਕੂਲ ਹੁੰਦਾ, ਕਹਿੰਦਾ ਬਾ ਫੁਗਰੀ ਮਾਰਨੀ, ਬਹੁਤ ਬੱਲੇ ਮੈਂ ਤਾਂ ਫੀਮ ਖਾਣਾ। ਹੁਣ ਮੈਂ ਆਪਣੀ ਵੀ ਗੱਲ ਦੱਸਦਾ ਫੀਮ ਬਾਰੇ, ਮੈਂ ਕੋਈ ਲੁਕੋ ਨਹੀਂ ਰੱਖਣਾ, ਠੀਕ ਹੈ ਜੀ। ਗਾਣਿਆਂ 'ਚ ਹਨਾ ਭਈ ਕਾਲੀ ਖਾ ਲੈਂਦੇ ਆ ਤੜਕੇ, ਨਹੀਂ ਹੈ ਖਵਾ ਦੇ ਚੰਨਾ ਮੇਰੇ। ਹੁਣ ਤਾਂ ਜਨਾਨੀਆਂ ਵੀ ਗਾਣੇ ਗਾਉਂਦੀਆਂ ਠੁਮਕੇ ਲਾਉਂਦੀਆਂ ਤੇ ਕਹਿੰਦੀਆਂ ਮੈਨੂੰ ਵੀ ਫੀਮ ਖਵਾ ਦੇ, ਹਨਾ। ਸੋ ਆਪਣਾ ਕੋਈ ਵੀ ਪੰਜਾਬੀ ਤੀਜਾ ਗਾਣਾ ਫੀਮ ਤੋਂ ਹੀ ਸ਼ੁਰੂ ਹੁੰਦਾ ਆ। ਕਾਲੀ ਡੱਬੀ ਆ, ਚਾਂਦੀ ਦੀ ਡੱਬੀ ਆ, ਚਾਂਦੀ ਦੀ ਡੱਬੀ, ਫੀਮ 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 ਫੀਮ, ਸਾਰੇ ਗਾਣੇ ਹਾਂ ਜੀ ਬੀਕਾਨੇਰ ਤੋਂ ਮੰਗਾਉਣੇ ਅੱਧਾ ਉਦਾਂ। ਸੋ ਫੀਮ ਨੂੰ ਜਿਹੜਾ ਪੰਜਾਬੀ ਲੋਕ ਆ ਇਸ ਵੇਲੇ ਦੇ ਉਹ ਨਸ਼ਾ ਨਹੀਂ ਸਮਝਦੇ, ਉਹ ਸਮਝਦੇ ਆ ਭਈ ਖਾਂਦੇ ਆ। ਹੁਣ ਸ਼ਰੇਆਮ ਕਲਾਕਾਰ ਗਾਣਿਆਂ 'ਚ ਤਾਂ ਗਾਉਂਦੇ ਹੀ ਗਾਉਂਦੇ, ਸਨੈਪਚੈਟਾਂ ਸ਼ਰੇਆਮ ਪਾਉਂਦੇ ਆਪਣੇ ਖਾਂਦਿਆਂ ਦੀਆਂ ਇਦਾਂ ਗੋਲੀ ਜੀ ਬਣਾ ਕੇ। ਸੋ ਹਾਂ ਜੀ ਤੇ ਗੱਲ ਤਾਂ ਉਹੀ ਹੈ ਜਿਹੜੇ ਭਰਾਵੋ ਖਾਂਦੇ ਹੁੰਦੇ ਮੋਸਟਲੀ ਜਿਹੜੇ ਖਾਂਦੇ ਆ ਉਹ ਦਿਖਾਉਂਦੇ ਨਹੀਂਗੇ। ਜਿਹੜੇ ਉਦਾਂ ਹੀ ਵਿਚਾਰੇ ਫੁਗਰੀ ਮਾਰਨ ਵਾਲੇ ਹੁੰਦੇ ਉਦਾਂ ਸੱਪਣੀ ਜੀ ਬਣਾ ਕੇ ਕੱਪਾਂ ਤੇ ਜਾਂ ਕੁਛ ਵੀ, ਹਾਂਜੀ ਜਿਹੜੀ ਕਿ ਮਾੜੀ ਗੱਲ ਆ, ਹੈਗਾ ਤਾਂ ਨਸ਼ਾ ਹੀ ਆ, ਹਾਂਜੀ। ਸੋ ਇੱਥੇ ਜਿਹੜੀਆਂ ਜ਼ਿਆਦਾਤਰ ਮੌਤਾਂ ਹੁੰਦੀਆਂ ਮੁੰਡਿਆਂ ਦੀਆਂ ਦਿਲ ਦਾ ਦੌਰਾ ਪੈਂਦਾ। ਸੋ ਆਪਾਂ ਝਿਜਕਦੇ ਆ ਗੱਲ ਕਰਨ ਤੋਂ, ਆਪਾਂ ਕਹਿੰਦੇ ਯਾਰ ਨਹੀਂ ਕਾਹਨੂੰ ਹਨਾ। ਸੋ ਇਹ ਤਾਂ ਫਿਰ ਕੰਮ ਰੁਕਣਾ ਹੀ ਨਹੀਂਗਾ ਜੇ ਆਪਾਂ ਗੱਲ ਤਾਂ ਉਹੀ ਹੈ ਜੇ ਬਿਮਾਰੀ ਦਾ ਆਪਾਂ ਹੱਲ ਹੀ ਨਹੀਂ ਲੱਭਿਆ, ਆਪਾਂ ਡਰੀ ਗਏ ਡਾਕਟਰ ਕੋਲ ਜਾਣ ਤੋਂ, ਫਿਰ ਕਿੱਦਾਂ ਠੀਕ ਹੋ ਜੂ। ਸੋ ਹੱਲ ਆਪਾਂ ਨੂੰ ਕਰਨਾ ਪੈਣਾ ਕੁਛ। ਇੱਥੇ ਇੰਨੀਆਂ ਸੰਸਥਾਵਾਂ ਆ, ਇੰਨਾ ਕੁਛ ਆ, ਹਾਂਜੀ। ਸੋ ਸਾਨੂੰ ਸਾਹਮਣੇ ਆ ਕੇ ਦੱਸਣਾ ਪੈਣਾ ਵੀ ਭਰਾਵੋ ਇਹ ਮੌਤਾਂ ਜਿਹੜੀਆਂ ਹੋਈਆਂ ਫੀਮ 'ਚ ਫੈਂਟਾਨਲ ਉਹਨਾਂ ਹੋਈਆਂ, ਠੀਕ ਹੈ ਜੀ। ਹੁਣ ਮੇਰਾ ਦਿਲ ਦਾ ਆਪਰੇਸ਼ਨ ਹੋਇਆ, ਮੈਂ ਤਾਂ ਆਪ ਡਾਕਟਰ ਨੇ ਕਿਹਾ ਖਾਇਆ ਕਰ, ਜਿਹੜੀ ਮੈਂ ਲੈਣਾ ਉਹ ਸਰਕਾਰ ਮਤਲਬ ਭਈ ਮੈਨੂੰ ਵਧੀਆ ਹਨਾ। ਸੋ ਇੱਥੇ ਤਾਂ ਬਾਕੀ ਚਵਨਪ੍ਰਾਸ਼ ਪਾਇਆ ਹੁੰਦਾ, ਫੈਂਟਾਨਲ ਪਾਇਆ ਹੁੰਦਾ, ਟਾਇਲਾਨੋਲ 3 ਇੱਕ ਗੋਲੀ ਆ ਉਹ ਪਾਈ ਹੁੰਦੀ, ਕਈ ਕੁਛ ਹੁੰਦਾ। ਸੋ 1 ਕਿਲੋ ਦੀ 100 ਕਿਲੋ ਉਹ ਕਰ ਦਿੰਦੇ ਆ, ਠੀਕ ਹੈ ਨਾ। ਸੋ ਜਿਹੜਾ ਫੈਂਟਾਨਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਨਸ਼ਾ ਇੰਨਾ ਤੇਜ਼ ਹੈ ਲੂਣ ਦੇ ਦਾਣੇ ਜਿੰਨੀ ਖਾਓ ਤੁਹਾਡੀ ਮੌਤ ਹੋ ਜਾਣੀ ਆ। ਫਿਰ ਉਹ ਕਿੰਨੀ ਉਹ ਚੂਰ ਕੇ ਐਨ ਪਾ ਦਿੰਦੇ ਆ ਵੀ ਨਸ਼ਾ ਤੇਜ਼ ਹੋ ਜਾਵੇ ਥੋੜਾ, ਜਿਹੜੀ ਅਸਲੀ ਫੀਮ ਉਹ ਜਿੱਦਾਂ ਵੀ ਉਹਦੀ ਮਾਤਰਾ ਵਧਾ ਦਈਏ। ਸੋ ਮੌਤਾਂ ਦਾ ਮੇਨ ਕਾਰਨ ਕੈਨੇਡਾ 'ਚ ਇਹ ਵਾਲਾ ਆ। ਤੁਸੀਂ ਆਈਡੀਆ ਲਾਓ ਦਿਲ ਦਾ ਦੌਰਾ ਕਿਉਂ ਪੈਂਦਾ, ਜਾਂ ਫਿਰ ਸਟਰੈਸ ਕਹਿ ਲਓ। ਸਟਰੈਸ ਨਾਲ ਇੰਨੀ ਛੇਤੀ ਦਿਲ ਦਾ ਦੌਰਾ ਨਹੀਂ ਪੈਂਦਾ ਵੀ ਟੈਨਸ਼ਨ 'ਚ ਸੀ, ਡਿਪਰੈਸ਼ਨ 'ਚ ਸੀ, ਇੰਨੀ ਛੇਤੀ ਨਹੀਂ ਦਿਲ ਦਾ ਦੌਰਾ ਪੈਂਦਾ। ਸੋ ਹੋ ਸਕਦਾ 100 ਚੋਂ 1-2 ਦਿਲ ਦਾ ਦੌਰਾ ਟੈਨਸ਼ਨ ਸਟਰੈਸ ਨਾਲ ਹੋ ਜੂ, ਠੀਕ ਹੈ ਨਾ। सो सानू ए भाई जी हुण गां उही गल है आपां फेर मैं अगे भी गल करदा हुन्ना सो आपां गां जाके हां जी हुण कदी आपां किधर तुर पैने कड़शियां चक्के कदी किधर इत्थे हुण वीक च 2-3 पंजाबी मुंडे मरदे ही आ दिल दे दौरे नाल उहनां दे फिर देखदा हुंदा मैं गो फंड मी हां जी पैसे नहीं इकट्ठे हुंदे लाश भेजण लई ਉਹੀ ਜੇ ਕੋਈ ਇੱਥੇ ਸਸਤਾ ਹੋਵੇ ਪੈਸੇ ਇਕੱਠੇ ਹੋਣ ਪਹਿਲਾਂ ਹੀ ਸੋ ਕਿਸੇ ਦੀਆਂ ਮਿਹਨਤਾਂ ਨਾ ਕਰਨੀਆਂ ਪੈਣ ਦਰ-ਦਰ ਭੜਕਣਾ ਨਾ ਪਵੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਵੀ ਸਾਡੀ ਲਾਸ਼ ਤਾਂ ਆ ਜਾਵੇ ਪੁੱਤ ਦੀ ਠੀਕ ਆ ਨਾ ਸੋ ਮੇਰੀ ਤਾਂ ਬੇਨਤੀ ਇਹੀ ਆ ਆਪਣੇ ਲੋਕਾਂ ਨੂੰ ਜਿਹੜਾ ਪੈਸਾ ਤੁਸੀਂ ਸੰਸਥਾਵਾਂ ਜਿਹੜੀਆਂ ਬਾਹਰ ਲਾਉਂਦੀਆਂ ਆ ਹਾਂਜੀ ਉਹਨਾਂ ਨੂੰ ਛੱਡੋ ਪਹਿਲਾਂ ਆਪਣੇ ਲੋਕਾਂ ਦਾ ਦੇਖਿਆ ਕਰੋ ਠੀਕ ਆ ਤੇ ਦੂਜੀ ਗੱਲ ਮੁੰਡੇ ਦਾ ਫੀਮ ਖਾਂਦੇ ਭਰਾਵੋ ਕੁੜੀਆਂ ਵੀ ਇੱਥੇ ਉਹੀ ਗੱਲ ਆ ਹੁਣ ਆਪਾਂ ਦਿਲ ਬਹੁਤ ਛੇਤੀ ਛੱਡ ਜਾਂਦੇ ਆ मैं अपना दस्या मेरे किन्ना मेरा किन्ने दुख झले आ मैं तां भी भरावो तुरिया फिरदा सो कुड़ियां भी इत्थे भरावो भंग एक तां सरकारां दे काम देख लो जिथे मैं रहना सरी सरी सारिआं नूं पता इंडिया वालिआं नूं सरी दा सनी है ना सरी च जे 4 जणे इकट्ठे हैगे आ 1 तोला फीम लिजा सकदे आ किते भी कोई पुलिस नहीं रोकू कोई एयरपोर्ट ते नहीं रोकू कोई कुछ नहीं रोकू कहना भाव 250 ग्राम फीम एक इंसान लेके जा सकता एक कार च 4 दोस्त जान रहे आ पुलिस ने रोकया मोहरे डब्बी पई हो चांदी दी 1 तोला विच फीम पुलिस नूं कुछ कह नहीं सकती क्योंकि सरकारी कानून आ इत्थे ब्रिटिश कोलंबिया च जिथे मैं रहना आ सरी वैनकूवर एसफोर्ड होर इत्थे कई शहर आउंदे उत्थे 250 ग्राम नशा तुसीं रख सकदे आ सो फीम तां 250 ग्राम चलो ठीक है बाकी जिहड़े नशे आ चिट्टा ला लो हैरोइन स्मैक भंग कुछ भी ला लो हां जी सो ओह भी तुसीं रख सकदे आ ठीक है इत्थे तां सो कहंदा भाव मुंडे जे फीम खांदे कुड़ियां इत्थे मोस्टली मैं देखिया कोलों नहीं मैं कहना हुन्ना हुण मेरियां ऐनकां आ जाणीआं एक बहुत खतरनाक उहदे नाल तुहानू सारियां तस्वीरां भी दिखा दूं सो कुड़ियां इत्थे मोस्टली जिहड़ियां चलो बॉर्न दी तां आपां गल नहीं करदे जिहड़ियां इंडिया तो आउंदियां आ सो वह भी मैं अखीं देखिया हुई कह रहा भंग के सूटे लाउंदियां वीड कह दिंदे जिहनूं इत्थे सो उहदे सूटे लाउंदियां वह भी आम मिल जाती है फिर गल हुंदा डिमांड सप्लाई दा हां जी फीम भी इत्थे सौखी मिल जाती है ठीक है जी बहुत सौखी इत्थे ठेकिआं दे मोहरे जाओ उत्थे उहनी अपने अपने ठेकिआं दे मोहरे शराब के ठेकिआं दे मोहरे जिन्हें समान अपना बेचना हुंदा उहनी बारकोड जे लाए हुंदे भी ते स्कैन करो फीम तुहाडे घरे आऊ चिट्टा जो भी यार तुसीं लेना कनेडा च नशा काफी दुद्ध नूं थोड़ी प्रॉब्लम हो सकती भी भाई दुद्ध लैने जाना कित्थों मिलू नशे का कोई इशू नहीं सो भंग भी इत्थे भाई जी कानूनी मानता आया मैं तो इदां दे लोग जानदा मैं तुहानूं पैसे की गल दस्सण लगा इदां दे लोग जानदा बाई जी आपां बहुत रब करदे आ रब दे नां ते आपां बहुत पैसे चढ़ाउने आ उन्हां लोकां ने इत्थे जदों भंग सरकार ने कहा भी सरकारी तौर ते भंग विकिआ करूगी उन्हां ने सब तो पहला मोहरे होके ओ भंग दे ठेके ही कह लो आपां पंजाबी च भंग दा ठेका खरीदण लई अर्जीआं पाईआं जिहड़े सब तो वध रब करदे इत्थे नां दा आपां किसे दा लैणा नहीं हां जी मैं जानदा आ तुसीं इत्थों आइडिया ला लो भी पैसा किहड़ी चीज़ आ पता सब नूं ही आ सो लोकां मोहरे रब ऐसे धार्मिक स्थान नूं एडा चक दे तौड़ा पैसा आया कित्थों पैसा ओह लोकां दे निआणिआं नूं भंग वेच के आया तुसीं इह हिसाब ला लओ फिर भंग बेचणी चंगी गल है इदां दे पैसे नूं अग लाउणा ठीक है ना सो सब तो मोहरे हो के उहनी अर्जी पाई आ भी भाई इह भंग दा ठेका सानूं दओ सो सरकार दा कहना इह आ भी बाहर भई ब्लैक मार्केट च भंग विकदी ओही सरकार तो खरीदो सो सरकार तो खरीदण लई अर्जीआं आईआं ठेके खुल्ले भंगां दे इत्थे भंग भी उद्दां ही मिलदी आ हुण मान लो मेरे वर्गा इत्थे भंग दे बारे यह कहा जाता भी भंग जिहड़ी दिमाग नूं काम कर दिंदी है कोई भी टेंशन आ स्ट्रैस आ सारियां चीज़ां तुसीं भुल जाणीआं नज़ारे आ तुहाडे हां जी सो गां दी गां मान लो एक कुड़ी पींदी हुण नाल दी नूं कहना टेंशन आ काम नहीं मिलदा घर दे कही जांदे पैसे नहीं भेजे आ ला के देख समझदे ना सो मिलदी शरेआम ओह दुकानां तों आ कोई औखा नहीं गा ओह फिर देखदी आ ला के भंग करदी भी दिमाग नूं मैं तां एक बार पीती सी स्पेन च तो बाद मैं कन्ना नूं हत्थ लग गए सी मेरे तां हॉस्पिटल तो मुड़िया सीगा सो मैं कोई भी नशा किसी नूं रैफर नहीं करदा ठीक है ना सो इत्थे कुड़ियां मोस्टली अपनियां पंजाब तो आईआं मैं अखी भंग पींदियां देखियां सारियां नहीं कह रहा सारे मापिआं दीआं धीआं इत्थे आईआं आ सो आपां मुद्दा इह आ सो इत्थे नशा काफ़ी है कनेडा च जो गल्लां कहीआं मैं इधरों जां उधरों सुण के नहीं कहीआं मैं सरी च रहना आ अखीं देख के मैं गल्लां कहीआं भी कल नूं कोई कहू भरावा तू किद्दां कह दित्ता भी ओह कुड़ी भंग पींदी ना तां चलो किसे दा लिआ नहीं अखीं देखीआं आ जे किसे नूं शक है इत्थे सरी च मैनूं मिल लिओ फीम आ भी मैं सारा सिस्टम दिखा दूं भंग वाला भी दिखा दूं ठीक है ना सो यह है जी। सो हुण यह ठल किद्दां पाई जावे जिहड़ियां मौतां हो रहियां। तुसीं भी अक्सर इंडिया बैठे सुणदे ही होणे भी 18-20 साल दे मुंडे दी मौत हो गई। ਇਹ ਹੁਣ ਰੋਕ ਹੁਣ ਆਪਾਂ ਜੇ ਅੱਜ ਤੋਂ ਹੀ ਰੋਕ ਲਈਏ ਰੁਕ ਹੀ ਸਕਦਾ ਆ। ਸੋ ਸਪੈਸ਼ਲੀ ਮਾਪਿਆਂ ਨੂੰ ਬੇਨਤੀ, ਇੰਡੀਆ ਰਹਿੰਦਿਆਂ ਨੂੰ ਆਪਣੇ ਨਿਆਣਿਆਂ ਨੂੰ ਫੋਨ ਕਰਕੇ ਪੁੱਛੋ ਵੀ ਪੁੱਤ ਤੂੰ ਤਾਂ ਨਹੀਂ ਫੀਮ ਖਾਂਦਾ, ਜੋ ਵੀ ਆ ਨਾ ਖਾਇਆ ਕਰ। ਹਾਂਜੀ, ਸੋ ਸਾਰਿਆਂ ਨੂੰ ਇਹੀ ਹੁੰਦਾ। ਸਪੈਸ਼ਲੀ ਇਹ ਜਿਹੜੀਆਂ ਮੌਤਾਂ ਦਿਲ ਦੇ ਦੌਰੇ ਵਾਲੀਆਂ ਬ੍ਰੈਂਪਟਨ ਸਾਈਡ ਹੁੰਦੀਆਂ, ਸਰੀਅਲ ਘੱਟ ਹੁੰਦੀਆਂ, ਉਧਰ ਬਾਹਲੀ ਮਾੜੀ ਫੀਮ ਆ, ਠੀਕ ਹੈ ਨਾ। ਸੋ ਫੋਨ ਕਰਕੇ ਤੁਸੀਂ ਪੁੱਛ ਲਿਓ ਇੱਕ ਵਾਰੀ, ਠੀਕ ਹੈ ਨਾ। ਤੁਸੀਂ ਤਾਂ ਕਹਿ ਹੀ ਸਕਦੇ ਆ, ਮੂੰਹ ਥੋੜੋ ਕਿਸੇ ਦਾ ਰੋਕ ਸਕਦੇ ਆ ਵੀ ਪੁੱਤ ਨਾ ਖਾ, ਠੀਕ ਹੈ ਨਾ। ਸੋ ਆਪਾਂ ਵੀ ਬੇਨਤੀ ਕਰ ਸਕਦੇ ਵੀ ਭਰਾਵੋ ਕੈਨੇਡਾ ਦੀ ਫੀਮ ਸਭ ਤੋਂ ਮਾੜੀ ਆ, ਜਿੰਨਾ ਵੀ ਹੋ ਸਕਦਾ ਕਰੋ, ਠੀਕ ਹੈ ਨਾ। ਸੋ ਫੇਰ ਮੈਂ ਆਪਣੇ ਤੇ ਵੀ ਕਹਿਤਾ ਵੀ ਮੇਰਾ ਕੀ ਸਿਸਟਮ ਆ, ਜਿਹੜੀ ਮੈਂ ਲੈ ਕੇ ਆਉਣਾ ਹੁੰਦਾ ਵੀ ਮੈਨੂੰ ਵੀ ਥੋੜੀ ਜਿਹੀ ਖਾਣੀ ਪੈਂਦੀ ਆ। ਖੂਨ ਦੀ 8 ਮੈਂ ਗੋਲੀਆਂ ਖਾਂਦਾ, ਬਾਰਫਰੀਨ ਖੂਨ ਪਤਲਾ ਕਰਨ ਦੀਆਂ, ਉਹ ਮੈਂ ਸਰਕਾਰ ਵਾਲੀ ਲਿਆਉਣਾ, ਉਹ ਠੀਕ ਆ। ਸੋ ਜਿਹੜੀ ਬਾਹਰ ਮਾਰਕੀਟ 'ਚ ਵਿਕਦੀ ਆ, ਇੱਥੇ ਰੇਟ ਫੀਮ ਦੇ 300 ਦੀ ਤੋਲਾ, 500 ਦੀ ਤੋਲਾ, 250 ਦੀ, 200 ਦੀ ਵੀ ਤੋਲਾ ਮਿਲਦਾ ਆ, ਠੀਕ ਹੈ ਨਾ। ਸੋ ਸਪਲਾਈ ਇੱਥੇ ਬਹੁਤ ਸੌਖੀ ਆ ਫੀਮ ਦੀ ਵੀ। ਸੋ ਉਹਦੇ ਕਰਕੇ ਮੌਤਾਂ ਹੁੰਦੀਆਂ ਦਿਲ ਦੇ ਦੌਰੇ ਦੀਆਂ ਮੋਸਟਲੀ। ਹੁਣ ਦੇਖਦੇ ਆ ਅੱਜ ਤੋਂ ਬਾਅਦ ਇਹ ਮੌਤਾਂ ਰੁਕਦੀਆਂ ਜਾਂ ਕੀ ਹੁੰਦਾ ਆ। ਆਪਾਂ ਤਾਂ ਇਹੀ ਹੱਥ ਜੋੜ ਸਕਦੇ ਆ ਵੀ ਭਾਈ ਤੁਸੀਂ ਜਿਸ ਤਰ੍ਹਾਂ ਕਰ ਸਕਦੇ ਕਰੋ। ਤੇ ਬਾਕੀ ਇਹ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ, ਸਾਰਿਆਂ ਨੂੰ ਅਵੇਅਰ ਕਰੋ। ਆਪਣਾ ਮਕਸਦ ਇਹੀ ਆ। ਤੇ ਫੋਟੋਆਂ ਸਮੇਤ ਸਾਰੇ ਤੱਥ ਵੀ ਦੱਸੂਗਾ। ਫੈਂਟਾਨਲ ਨਾਲ ਕਿੰਨੀਆਂ ਮੌਤਾਂ ਕੈਨੇਡਾ 'ਚ ਹੋਈਆਂ, ਕਿੰਨੀਆਂ ਮੂਲ ਨਿਵਾਸੀਆਂ ਦੀਆਂ ਹੋਈਆਂ, ਕਿੰਨੀਆਂ ਬਾਹਰਲਿਆਂ ਦੀਆਂ ਹੋਈਆਂ, ਹੋਰ ਸਾਰਾ ਕੁਝ ਤੁਹਾਨੂੰ ਸਾਂਝਾ ਕਰੂੰਗਾ। ਸੋ ਇਹ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਸਾਰਿਆਂ ਤੱਕ। ਜੇ ਤੁਸੀਂ ਮੇਰੇ ਨਾਲ ਸਹਿਮਤ ਆ, ਜੋ ਵੀ ਆਪਣੇ ਕਮੈਂਟਾਂ 'ਚ ਵਿਚਾਰ ਤੁਸੀਂ ਤੁਹਾਤੋਂ ਵੀ ਪੁੱਛਦੇ ਆ, ਕੱਲ ਨੂੰ ਦੱਸਾਂਗੇ ਫਿਰ ਕਮੈਂਟਾਂ 'ਚ ਵੀ ਤੁਸੀਂ ਕੀ ਸੋਚਦੇ ਆ ਦਿਲ ਦਾ। ਜਿਹਦਾ ਤੁਸੀਂ ਮੇਰੇ ਨਾਲ ਸਹਿਮਤ ਆ ਜਹਜਸ ਲਿਖਿਓ ਵੀ ਜਿਹੜੀਆਂ ਮੋਸਟਲੀ ਕੈਨੇਡਾ 'ਚ ਮੌਤਾਂ ਹੁੰਦੀਆਂ ਪੰਜਾਬੀ ਮੁੰਡਿਆਂ ਦੀਆਂ 18-20 ਸਾਲ ਦੇ ਦੀਆਂ, ਉਹ ਦਿਲ ਦਾ ਦੌਰਾ ਕਾਹਦੇ ਨਾਲ ਪੈਂਦਾ। ਜਿੱਥੋਂ ਤੱਕ ਮੇਰੀ ਸੋਚ ਆ ਮੋਸਟਲੀ ਨਸ਼ੇ ਕਰਕੇ ਹੀ ਆ। ਜੇ ਤੁਸੀਂ ਮੇਰੇ ਨਾਲ ਸਹਿਮਤ ਆ ਜਹਜਸ ਲਿਖਿਓ। ਕੱਲ ਨੂੰ ਦੇਖਦੇ ਆ ਕਿੰਨੇ ਲੋਕ ਸੋਚਦੇ ਆ। ਸੋ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਆ। ਕੋਈ ਸੋਚ ਸਕਦਾ ਡਿਪਰੈਸ਼ਨ ਨਾਲ, ਸਟ੍ਰੈਸ ਨਾਲ। ਸੋ ਸਟ੍ਰੈਸ ਨਾਲ ਯਾਰ ਐਵਰੀ ਵੀਕ 2-3 ਮੁੰਡੇ ਕਿੱਥੋਂ ਮਰ ਜੂਗੇ, ਇੰਨੀ ਵੀ ਕਿਹੜੀ ਡਿਪਰੈਸ਼ਨ ਆ। ਸਾਰਾ ਕੁਝ ਤਾਂ ਨਜ਼ਾਰੇ ਦਾ ਲੈਂਦੇ ਆ ਇੱਥੇ ਹੈ। ਗੱਡੀ ਇੱਥੇ 4 ਜਣੇ ਮਿਲ ਕੇ ਲੈ ਲੈਂਦੇ ਆ ਗੱਡੀਆਂ, ਸਾਰਿਆਂ ਕੋਲ ਵਧੀਆ ਵਧੀਆ, ਖੁੱਲਾ ਖਾਂਦੇ ਆ, ਪੀਂਦੇ ਆ, ਨਹਾਉਂਦੇ ਆ। ਹਾਂਜੀ, ਕਿਸ਼ਤਾਂ ਦੇ ਸਾਰਾ ਕੁਝ ਮਿਲ ਜਾਂਦਾ, ਇੰਨੀ ਵੀ ਨਹੀਂ ਟੈਨਸ਼ਨ ਹੈਗੀ ਇੱਥੇ, ਠੀਕ ਆ ਸਾਰਾ ਕੁਝ। ਹਾਂਜੀ, ਸੋ ਜੇ ਕਿਸੇ ਨੇ ਟੈਨਸ਼ਨ ਲਈਓ ਆ ਜਾਂ ਡਿਪਰੈਸ਼ਨ ਲਈਓ, ਆਪਣੇ ਕਰਕੇ ਹੀ ਲਈਓ ਆ। ਖਰਚੇ ਆਪਣੇ ਉਨੇ ਕੀ ਰੱਖ ਲਓ। ਸਾਡਿਆਂ ਨੂੰ ਇੱਕ ਟੋਪੀ ਨਾਲ 3 ਸਾਲ, ਇੱਕ ਬਣਾਉਣ ਨਾਲ 5 ਸਾਲ ਕੱਢ ਲਓ। ਐਡੀ ਵੀ ਤੁਸੀਂ ਕਿਹੜੇ ਹਨਾ ਮਨਸੇ ਮੂਸੇ ਦੇ ਆ ਪੋਤਿਆਂ। ਮੂਸਾ ਕੌਣ ਸੀ? ਇਹ ਵਾਲਾ ਦੁਨੀਆ ਦਾ ਸਭ ਤੋਂ ਅਮੀਰ ਰਾਜਾ। ਉਹਦੇ ਬਾਰੇ ਵੀ ਦੱਸਾਂਗੇ। ਸੋ ਸ਼ੇਅਰ ਕਰਿਓ ਸਾਰੇ ਪਾਸੇ, ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਸੋਚਦੇ ਆ ਵੀ ਮੌਤਾਂ ਨਸ਼ੇ ਕਰਕੇ ਹੁੰਦੀਆਂ ਜਹਜਸ ਲਿਖਿਓ ਤੇ ਅਵੇਅਰ ਕਰੋ ਲੋਕਾਂ ਨੂੰ। ਸਤਿ ਸ਼੍ਰੀ ਅਕਾਲ। ਤੇ ਆਪਣਾ ਕਲਿੱਕ ਤਾਂ ਕੋਈ ਕਰਦਾ ਹੀ ਨਹੀਂ ਭਰਾਵੋ, ਲਿੰਕ ਪਾ ਦੂੰਗਾ, ਕਰ ਦਿਆ ਕਰੋ। ਤੇ ਦੇਖਦੇ ਆ ਕੱਲ ਨੂੰ ਦੱਸਾਂਗੇ ਵੀ ਆਮ ਲੋਕ ਕੀ ਸੋਚਦੇ ਆ। ਸ਼ੁਕਰੀਆ ਜੀ। ਤੇ ਬਾਕੀ ਥੈਂਕ ਯੂ ਬਾਈ। ਚਮਕੌਰ ਸਿੰਘ ਸਟਾਰ ਭੇਜੇ ਤੇ ਕਰਿਓ ਕਮੈਂਟ ਸਾਰੇ। ਸ਼ੁਕਰੀਆ, ਧੰਨਵਾਦ।